ਮੁਕਾਬਲਾ ਤਾਂ ਕੋਈ ਨਹੀਂ ਜੀ, ਬੀਜੇਪੀ ਵੱਡੀ ਮਾਰਜਨ ਨਾਲ ਜਿੱਤੂਗੀ, ਮੁਕਾਬਲਾ ਕੋਈ ਨਹੀਂ। ਮੈਂ ਕਦੇ ਵੀ ਅਕਾਲੀ ਦਲ ਦੇ ਵਿੱਚ ਨਹੀਂ ਸੀ ਕਿਉਂਕਿ ਮੈਂ ਸਰਵਿਸ ਕਰਦੀ ਸੀ। ਸਰਵਿਸ ਦੇ ਦੌਰਾਨ ਉਹਨਾਂ ਨੂੰ ਇੰਨਾ ਕੁ ਪਤਾ ਹੋਣਾ ਚਾਹੀਦਾ ਵੀ ਕੋਈ ਵੀ ਜਿਹੜਾ ਆਫਿਸਰ ਹੈ ਉਹ ਕਿਸੇ ਪਾਰਟੀ ਨਾਲ ਐਸੋਸੀਏਟ ਨਹੀਂ ਹੋ ਸਕਦਾ, ਨਾ ਕਿਸੇ ਪਾਰਟੀ ਦਾ ਸਪੋਰਟਰ ਬਣ ਸਕਦਾ, ਨਾ ਕਿਸੇ ਪਾਰਟੀ ਦਾ ਉਮੀਦਵਾਰ ਬਣ ਸਕਦਾ। ਪਹਿਲੀ ਵਾਰ ਮੈਂ ਕੋਈ ਪਾਰਟੀ ਜੁਆਇਨ ਕੀਤੀ ਹੈ, ਪਹਿਲੀ ਵਾਰੀ ਮੈਂ ਉਮੀਦਵਾਰ ਬਣੀ ਹਾਂ ਅਤੇ ਮੈਂ ਬੈਸਟ ਪਾਰਟੀ ਦੀ ਉਮੀਦਵਾਰ ਬਣਨਾ ਚਾਹੁੰਦੀ ਸੀ, ਉਹ ਮੈਂ ਬਣ ਗਈ। ਕਿਹੜੇ ਮੁੱਦੇ ਧਿਆਨ ਦੇ ਵਿੱਚ ਹੁਣ ਤੱਕ ਆਏ ਨੇ ਮਾਨਸਾ ਬਠਿੰਡਾ ਨੂੰ ਲੈ ਕੇ, ਕਿਉਂਕਿ ਹੁਣ ਤੱਕ ਪਹਿਲਾਂ ਅਕਾਲੀ ਦਲ ਵੱਲੋਂ ਬੀਬਾ ਹਰਸਿਮਰਤ ਰਹੇ ਨੇ ਤਾਂ 5 ਸਾਲਾਂ ਦੇ ਵਿੱਚ ਮਾਨਸਾ ਲਈ ਕੋਈ ਸੁਵਿਧਾ ਨਹੀਂ ਆਈ ਤਾਂ ਮਾਨਸਾ ਨੂੰ ਕਿਵੇਂ ਦੇਖਦੇ? ਮੈਨੂੰ ਨਹੀਂ ਪਤਾ ਕਿ ਜਦੋਂ ਮਾਨਸਾ ਬਰਾਬਰ ਦਾ ਹਲਕਾ ਸੀਗਾ ਉਹ ਉਮੀਦਵਾਰ ਮਾਨਸਾ ਬਠਿੰਡਾ ਤੋਂ ਸਾਂਝੇ ਉਮੀਦਵਾਰ ਸੀਗੇ, ਤਾਂ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਮਾਨਸਾ ਡਿਸਟ੍ਰਿਕਟ ਵੱਲ ਦੇ ਵਿਕਾਸ ਵੱਲ ਧਿਆਨ ਕਿਉਂ ਨਹੀਂ ਦਿੱਤਾ। ਜਿੱਥੋਂ ਤੱਕ ਬੀਜੇਪੀ ਸਰਕਾਰ ਦਾ ਸਵਾਲ ਹੈ, ਉਹਨਾਂ ਨੇ ਸਾਰੀਆਂ ਸਹੂਲਤਾਂ ਉੱਤੋਂ ਦਿੱਤੀਆਂ, ਉਹਨਾਂ ਦੀਆਂ ਲੋਕੇਸ਼ਨਸ ਜਿਹੜੀਆਂ ਹੈਗੀਆਂ, ਚਾਹੇ ਉਹ ਏਮਸ ਦੀ ਹੋਵੇ ਚਾਹੇ ਉਹ ਸੈਂਟਰਲ ਯੂਨੀਵਰਸਿਟੀ ਦੀ ਹੋਵੇ, ਵੀ ਉਹ ਕਿੱਥੇ ਸਥਾਪਿਤ ਕਰਨੀ ਹੈ ਇਹ ਲੋਕਲ MP ਦੇ ਉਸ ਚਾਹੁੰਦਾ ਸੀਗਾ ਅਧਿਕਾਰ 'ਚ, ਅਤੇ ਉਹਨਾਂ ਨੇ ਅਗਰ ਸਾਰੀਆਂ ਸਹੂਲਤਾਂ ਬਠਿੰਡੇ ਵੱਲ ਹੀ ਭੇਜੀਆਂ ਤਾਂ ਮੈਂ ਇਹਦਾ ਜਵਾਬ ਉਹੀ ਦੇ ਸਕਦੇ ਹਾਂ। ਬਾਕੀ ਮੈਂ ਤਾਂ ਇਹੀ ਕਹੂੰਗੀ ਕਿ ਹੁਣ ਜੋ ਮਾਨਸਾ ਦੇ ਵਿੱਚ ਅੱਗੇ ਤੋਂ ਵੱਧ ਸਹੂਲਤਾਂ ਆਉਣ, ਬਠਿੰਡੇ ਦਾ ਵੀ ਵਿਕਾਸ ਹੋਵੇ ਅਤੇ ਨਾਲ ਨਾਲ ਮਾਨਸਾ ਦਾ ਵੀ ਹੋਵੇ, ਇਹੀ ਮੈਂ ਕਰਨਾ ਚਾਹੂੰਗੀ। ਜਿਵੇਂ ਨਰਿੰਦਰ ਮੋਦੀ ਜੀ ਕਹਿੰਦੇ ਵੀ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਭਾਜਪਾ ਨੂੰ ਹਰਾਉਣ ਵਾਸਤੇ, ਤਾਂ ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਇਸ ਸਮੇਂ? ਹੁਣ ਤਾਂ ਪੰਜਾਬ 'ਚ ਵੀ ਸਾਰੀਆਂ ਪਾਰਟੀਆਂ ਇਕੱਠੀਆਂ ਹੁੰਦੀਆਂ ਲੱਗਦੀਆਂ ਭਾਜਪਾ ਨੂੰ ਹਰਾਉਣ ਦੇ ਵਿੱਚ, ਪਰ ਭਾਜਪਾ ਨੂੰ ਹਰਾ ਨਹੀਂ ਸਕਣਗੀਆਂ। ਉਹਨਾਂ ਦੀ ਬੁਖਲਾਹਟ ਦੇਖ ਲਓ, ਜਿਹੜੀ ਤੁਸੀਂ ਬਿਆਨਬਾਜ਼ੀ ਦੀ ਗੱਲ ਕਰਦੇ ਹੋ ਕਿ ਉਹਨਾਂ ਨੇ ਬਹੁਤ ਬਿਆਨਬਾਜ਼ੀ ਕੀਤੀ, ਉਹਨਾਂ ਨੂੰ ਕੀ ਜ਼ਰੂਰਤ ਸੀ ਬਹੁਤ ਸਾਰੀ ਬਿਆਨਬਾਜ਼ੀ ਕਰਨ ਦੀ? ਕਿਉਂਕਿ ਮੈਂ ਤਾਂ ਖੈਰ ਉਹ ਬਿਆਨ ਸੁਣਿਆ ਨਹੀਂ, ਪਰ ਤੁਸੀਂ ਉਹੀ ਕਹਿ ਰਹੇ ਹੋ, ਮੈਂ ਉਹਨਾਂ ਦੇ ਖਿਲਾਫ਼ ਕੋਈ ਬਿਆਨਬਾਜ਼ੀ ਨਹੀਂ ਕਰ ਰਹੀ, ਤਾਂ ਇਹ ਚੀਜ਼ਾਂ ਇੰਡੀਕੇਟ ਕਰਦੀਆਂ ਕਿ ਭਾਜਪਾ ਬਹੁਤ ਵੱਡੇ ਮਾਰਜਨ ਨਾਲ ਜਿੱਤ ਰਹੀ ਹੈ ਅਤੇ ਬਾਕੀ ਸਾਰੀਆਂ ਪਾਰਟੀਆਂ ਹੁਣ ਬੁਖਲਾਹਟ ਵਿੱਚ ਆ ਰਹੀਆਂ। ਲੋਕਾਂ ਦੇ ਵਿੱਚ ਜਾ ਰਹੇ ਹੋ, ਕਿਸ ਤਰ੍ਹਾਂ ਦਾ ਜਿਹੜਾ ਲੋਕਾਂ ਦਾ ਉਤਸ਼ਾਹ ਦੇਖ? ਬਹੁਤ ਬਹੁਤ ਵਧੀਆ ਰਿਸਪੋਂਸ ਹੈ ਜੀ, ਬਹੁਤ ਜ਼ਿਆਦਾ ਉਤਸ਼ਾਹ ਹੈ, ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ, ਪੇਂਡੂ ਖੇਤਰਾਂ ਦੇ ਵਿੱਚ ਵੀ ਉਤਸ਼ਾਹ ਹੈ। ਸਭ ਨੂੰ ਪਤਾ ਹੈ ਆਯੁਸ਼ਮਾਨ ਭਾਰਤ ਦੇ ਕਾਰਡ ਨੂੰ ਲੋਕ ਮੋਦੀ ਦਾ ਹੀ ਕਾਰਡ ਕਹਿੰਦੇ ਆ, ਉਹਨਾਂ ਨੂੰ ਪਤਾ ਹੈ ਕਿ ਸਾਰੀਆਂ ਜਿਹੜੀਆਂ ਸਕੀਮਾਂ ਹੈਗੀਆਂ ਮੋਦੀ ਸਾਹਿਬ ਨੇ ਭੇਜੀਆਂ, ਸਾਰਾ ਜੋ ਵਿਕਾਸ ਹੋਇਆ ਮੋਦੀ ਸਾਹਿਬ ਦੇ ਕਰਕੇ ਹੀ ਹੋਇਆ। ਸਟੇਟ ਗਵਰਨਮੈਂਟ ਤਾਂ ਉੱਪਰੋਂ ਆਈਆਂ ਗ੍ਰਾਂਟਾਂ ਨੂੰ ਮਿਸਯੂਟੀਲਾਈਜ਼ ਕਰ ਰਹੀ ਹੈ, ਬਲਕਿ ਆਪਦੇ ਐਡਵਰਟਾਈਜ਼ਮੈਂਟ 'ਤੇ ਸਾਰੀਆਂ ਗ੍ਰਾਂਟਾਂ ਵਰਤੀਆਂ ਜਾ ਰਹੀਆਂ, ਜਿਸ ਕਰਕੇ ਕਈ ਵਾਰ ਸੈਂਟਰਲ ਗਵਰਨਮੈਂਟ ਨੂੰ ਵੀ ਸੰਕੋਚ ਹੁੰਦਾ ਕਿ ਵੀ ਅਸੀਂ ਗ੍ਰਾਂਟਾਂ ਭੇਜ ਰਹੇ ਹਾਂ ਅਤੇ ਇਹ ਮਿਸਯੂਟੀਲਾਈਜ਼ ਹੋ ਰਹੀਆਂ, ਤਾਂ ਅਸੀਂ ਕਿਉਂ ਇਹ ਪੈਸਾ ਉੱਥੇ ਭੇਜਣਾ? ਸੋ ਮੈਂ ਜੋ ਵੀ ਹੈਗਾ ਹੁਣ ਬਾਕੀ ਜਿਹੜੀਆਂ ਪਾਰਟੀਆਂ ਹੈਗੀਆਂ ਉਹ ਪੰਜਾਬ ਦਾ ਵਿਕਾਸ ਨਹੀਂ ਕਰ ਸਕਦੀਆਂ, ਉਸ ਦੇ ਵਾਸਤੇ ਸਾਨੂੰ ਡਬਲ ਇੰਜਨ ਦੀ ਸਰਕਾਰ ਦੀ ਲੋੜ ਪਊਗੀ। ਹੁਣ ਅਸੀਂ ਪਾਰਲੀਮੈਂਟ ਜਿੱਤਾਂਗੇ ਔਰ ਉਸਦੇ ਉਸੇ ਵੇਵ ਨਾਲ ਅਸੀਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵੀ ਜਿੱਤਾਂਗੇ, ਇੱਥੇ ਡਬਲ ਇੰਜਨ ਦੀ ਸਰਕਾਰ ਬਣੂਗੀ ਅਤੇ ਪੰਜਾਬ ਦਾ ਵਿਕਾਸ ਹੋਊਗਾ। ਪਹਿਲਾਂ ਅਕਾਲੀ ਦਲ ਨਾਲ ਮਿਲ ਕੇ ਚੱਲਦਾ ਹੁੰਦਾ ਸੀ, ਅੱਜ ਅੱਡ ਅੱਡ ਚੋਣਾਂ ਲੜੀਆਂ ਜਾ ਰਹੀਆਂ, ਤਾਂ ਕਿਵੇਂ ਦੇਖਦੇ ਹੋ 13 ਸੀਟਾਂ 'ਤੇ ਪੰਜਾਬ ਦੇ ਵਿੱਚ ਭਾਜਪਾ ਚੋਣ ਲੜ ਰਹੀ ਹੈ? ਦੇਖੋ, ਭਾਜਪਾ ਨੇ ਬਹੁਤ ਹੀ ਸੋਚ ਸਮਝ ਕੇ ਉਮੀਦਵਾਰ ਐਲਾਨੇ ਹੈ ਅਤੇ ਉਹਨਾਂ ਨੇ ਪੂਰਾ ਭਾਜਪਾ ਦਾ ਜੋ ਹੈਗੀ ਹੈ ਸਟਰੈਟਜੀ ਹੈਗੀ ਹੈ ਕਹਿ ਲਓ, ਜਾਂ ਉਹਨਾਂ ਦਾ ਵਿਜ਼ਨ ਕਹਿ ਲਓ, ਉਹਨਾਂ ਦੇ ਵਿਜ਼ਨ ਨੂੰ ਵੋਟਾਂ ਪੈਣੀਆਂ, ਉਹਨਾਂ ਦੇ ਪਹਿਲਾਂ ਕੀਤੇ ਵਿਕਾਸ ਨੂੰ ਵੋਟਾਂ ਪੈਣੀਆਂ। ਲੋਕ ਇਹ ਵੀ ਦੇਖ ਰਹੇ ਆ ਕਿ ਜਿਹੜੀਆਂ ਨਾਲ ਦੀਆਂ ਸਟੇਟਾਂ ਸਾਡੇ ਤੋਂ ਅੱਗੇ ਕਿਵੇਂ ਨਿਕਲ ਰਹੀਆਂ, ਕਿਵੇਂ UP ਵਰਗੇ ਸਟੇਟ, ਕਿਵੇਂ ਹਰਿਆਣੇ ਵਰਗੇ ਸਟੇਟ, ਜਿਨ੍ਹਾਂ ਦੇ ਵਿੱਚ ਡਿਵੈਲਪਮੈਂਟ ਵੀ ਹੋਈ ਹੈ ਅਤੇ ਹਲੇ ਵੀ ਉਹ ਰੈਵਨਿਊ ਸਰਪਲਸ ਹੈ, ਉਹਨਾਂ ਦੇ ਖਜ਼ਾਨੇ ਖਾਲੀ ਨਹੀਂ ਹਨ। ਪੰਜਾਬ ਦਾ ਖਜ਼ਾਨਾ ਵੀ ਖਾਲੀ ਹੋ ਗਿਆ, ਡਿਵੈਲਪਮੈਂਟ ਵੀ ਕੋਈ ਨਹੀਂ ਹੋਈ, ਤਾਂ ਪੈਸਾ ਕਿੱਥੇ ਜਾ ਰਿਹਾ? ਸਾਰਾ ਪੈਸਾ ਐਡਵਰਟਾਈਜ਼ਮੈਂਟ 'ਤੇ ਜਾ ਰਿਹਾ, ਤਾਂ ਲੋਕ ਇਹ ਸਾਰਾ ਕੁਝ ਦੇਖ ਰਹੇ ਆ। ਅੱਜ ਵੀ ਮੈਨੂੰ ਕਈ ਲੋਕਾਂ ਨੇ ਦੱਸਿਆ ਕਿ ਵੀ ਜਿਵੇਂ ਹੁਣ ਹਜ਼ਾਰ ਰੁਪਏ ਵਾਲੀ ਜਿਹੜੀ ਸਕੀਮ ਲੇਡੀਜ਼ ਵਾਸਤੇ ਕਹੀ ਸੀ, ਸਾਰੇ ਝੂਠ ਮਾਰ ਕੇ ਵੋਟਾਂ ਲਈਆਂ, ਲੋਕ ਹੁਣ ਸਮਝ ਚੁੱਕੇ ਆ, ਲੋਕ ਇਸ ਵਾਰੀ ਬਹੁਤ ਸੋਚ ਸਮਝ ਕੇ ਵੋਟਾਂ ਪਾਉਣਗੇ ਅਤੇ ਜੇ ਉਹ ਸੋਚ ਸਮਝ ਕੇ ਵੋਟਾਂ ਪਾਉਣਗੇ ਤਾਂ ਨੈਚੁਰਲੀ ਭਾਜਪਾ ਨੂੰ ਵੋਟਾਂ ਪਾਉਣਗੇ।
ਜਥੇਬੰਦੀਆਂ ਵਿਰੋਧ ਕਰਦੇ ਆ ਲਗਾਤਾਰ ਭਾਜਪਾ ਦਾ ਪਿੰਡਾਂ ਦੇ ਵਿੱਚ, ਕਿਸ ਤਰੀਕੇ ਨਾਲ ਦੇਖਦੇ ਹੋ ਵੀ ਚੋਣਾਂ ਦੇ ਵਿੱਚ ਪ੍ਰਚਾਰ ਕਰਨਾ ਜਾਂ ਕੀ ਸਥਿਤੀ ਸਮਝਦੇ? ਵਿਰੋਧ ਨਹੀਂ ਕਰ ਰਹੀਆਂ, ਉਹਨਾਂ ਦੀਆਂ ਕੁਛ ਮੰਗਾਂ, ਜਿਹੜੀਆਂ ਮੰਗਾਂ ਅਸੀਂ ਜਦੋਂ ਸਰਕਾਰ ਦਾ ਪਾਠ ਬਣਾਂਗੇ ਅਸੀਂ ਜ਼ਰੂਰ ਉਹਨਾਂ ਦੀਆਂ ਮੰਗਾਂ ਅੱਗੇ ਸਰਕਾਰ ਦੇ ਸਾਹਮਣੇ ਰੱਖਾਂਗੇ ਅਤੇ ਹੱਲ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਉਹਨਾਂ ਦੀਆਂ ਮੰਗਾਂ ਨੇ, ਵਿਰੋਧ ਨਹੀਂ। ਮੁਕਾਬਲਾ ਕਿਹਦੇ ਨਾਲ ਸਮਝਦੇ ਹੋ, ਕਿਉਂਕਿ ਸਾਰੇ ਉਮੀਦਵਾਰ ਉਤਰ ਚੁੱਕੇ ਮੈਦਾਨ ਦੇ ਵਿੱਚ, ਤਾਂ ਬਠਿੰਡਾ ਸੀਟ ਤੋਂ ਮੁਕਾਬਲਾ ਕਿਹਦੇ ਨਾਲ ਸਮਝਦੇ ਹੋ? ਟੱਕਰ ਕਿਸੇ ਨਾਲ ਵੀ ਨਹੀਂ ਜੀ, ਉਹਨਾਂ ਦਾ ਆਪਸ ਦੇ ਵਿੱਚ ਜਿਹੜਾ ਆਪਾਂ ਕਹਿੰਦੇ ਹਾਂ ਕਿ ਜ਼ਮਾਨਤ ਬਚਾਉਣ ਦਾ ਮੁਕਾਬਲਾ ਇੱਕ ਦੂਜੇ ਨਾਲ ਉਹ ਕਰ ਲੈਣਗੇ। ਅਸੀਂ ਵੱਡੀ ਮਾਰਜਨ ਨਾਲ ਜਿੱਤ ਰਹੇ ਹਾਂ।